मैं मजदूरी कर रहा मिस्त्रियों के नाल। अच्छा, तीन चार दिन हो गए मेरी दिहाड़ी बिल्कुल नहीं लग रही। अच्छा, कभी तो गला मंडी में लंगर तकसीम करते हैं। अच्छा, बच्चों वास्ते दोपहर टाइम लैके जाना हूँ। बाबा पिंड ਉੱਥੇ ਲੰਗਰ ਹੀ ਤਕਸੀਮ ਕਰਦੇ ਨੇ, ਉੱਥੇ ਜਾਂਦਾ ਲੰਗਰ ਬੰਦ ਹੋ ਗਿਆ। ਕੀ ਜੇ ਜੀ ਬਾਜੀ, ਮੇਰਾ ਨਾਮ ਮੁਹੰਮਦ ਨਜ਼ੀਰ ਹੈ। ਹਾਂਜੀ, ਠੀਕ ਹੈ। ਮੈਂ ਮਜ਼ਦੂਰੀ ਕਰ ਰਿਹਾ ਮਿਸਤਰੀਆਂ ਦੇ ਨਾਲ। ਅੱਛਾ, ਤਿੰਨ ਚਾਰ ਦਿਨ ਹੋ ਗਏ ਮੇਰੀ ਦਿਹਾੜੀ ਬਿਲਕੁਲ ਨਹੀਂ ਲੱਗ ਰਹੀ। ਅੱਛਾ, ਕਦੀ ਤੇ ਗੱਲਾਂ ਮੰਡੀ ਵਿੱਚ ਲੰਗਰ ਤਕਸੀਮ ਕਰਦੇ ਨੇ। ਅੱਛਾ, ਬੱਚਿਆਂ ਵਾਸਤੇ ਦੁਪਹਿਰ ਟਾਈਮ ਲੈ ਕੇ ਜਾਣਾ। ਓਹੋ, ਹੁਣ ਬਾਵਾ ਪਿੰਡ ਹੈ, ਉੱਥੇ ਲੰਗਰ ਹੀ ਤਕਸੀਮ ਕਰਦੇ ਨੇ, ਉੱਥੇ ਜਾਂਦਾ ਲੰਗਰ ਬੰਦ ਹੋ ਗਿਆ। ਅੱਛਾ, ਮੇਰੇ ਹੱਥ ਦੇ ਸਾਰੇ ਮਸਾਲੇ ਕਿਤੇ ਕੰਮ ਕਰਨ ਲੱਗੇ ਨੇ। ਮਜ਼ਦੂਰੀ ਬੱਚਿਆਂ ਵਾਸਤੇ ਕਰਨਾ, ਆ ਦੇਖੋ ਹਾਂ, ਹੁਣ ਹੀ ਬੱਚਿਆਂ ਵਾਸਤੇ ਮਿਲ ਕੇ ਦਿਹਾੜੀ ਨਹੀਂ ਲੱਗੀ ਜਾ ਰਹੇ। ਤੂੰ ਵਾਪਸ ਅੱਲਾਹ ਤਾਲਾ ਕੇ ਨਮਾਜ਼ ਪੜ੍ਹ ਕੇ ਜਾ ਕੇ ਸੋਹਣਾ ਮਾਲਕਾ ਮੈਨੂੰ ਜ਼ਫਰ ਨੂੰ ਮਿਲਣਾ, ਡਾਕਟਰ ਨੂੰ ਦਿਖਾ ਕੇ ਤੁਹਾਨੂੰ ਦਵਾਈ ਵੀ ਮਿਲ ਜਾਏਗੀ। ਐਸਾ ਨਿਜ਼ਾਮ ਚੱਲ ਜਾਏ, ਕੋਈ ਛੋਟੀ ਦੁਕਾਨ ਬਣਾ ਲਾ ਜਾਂ ਕੋਈ ਮਤਲਬ ਕਿ ਰੇੜੀ ਛੇੜੀ ਲਾ ਲਾ, ਜਿਹਦੇ ਮਤਲਬ ਕਿ ਮੈਂ ਆਪਣੇ ਬੱਚਿਆਂ ਦੀ ਪੇਟ ਪਾ ਲਿਆ। ਮੇਰਾ ਵੱਡਾ ਬੇਟਾ ਸੀ, ਦਸਵੀਂ ਸਕੂਲ ਪੜ੍ਹ ਰਿਹਾ ਸੀ, ਮੇਰੇ ਕੋਲ ਉਹਨਾਂ ਦੀ ਫੀਸ ਨਹੀਂ ਦਿੱਤੀ, ਮੈਂ ਵੱਡੇ ਬੱਚੇ ਸਕੂਲ ਛੁਡਾ ਦਿੱਤਾ। ਸਕੂਲ ਛੁਡਾ ਦਿੱਤਾ ਹੈ ਜੀ, ਤੇ ਹੁਣ ਬੱਚਾ ਕੀ ਕਰ ਰਿਹਾ? ਬੱਚਾ ਉੱਥੇ ਪਿੰਡ ਹੁੰਦਾ, ਦੁਕਾਨ ਤੇ ਜਾਂਦਾ, ਕਦੇ ਉਹਨੂੰ 100 ਦੇ ਕਦੇ 200 ਦੇ ਦਿੰਦੇ ਨੇ, ਕਿਉਂਕਿ ਕੱਲ ਬੱਚੇ ਗਿਆ, 2-3 ਦਿਨ ਹੋ ਗਿਆ ਬੱਚੇ ਸਕੂਲ ਗਏ ਨੇ, ਫੀਸ ਨਹੀਂ ਦੇ ਸਕਿਆ ਉਹਨਾਂ ਬੱਚਿਆਂ ਨੂੰ ਸਕੂਲ। ਤੁਸੀਂ ਬੱਚੇ ਨੂੰ ਪੜ੍ਹਾਓ, ਉਹਦੀ ਫੀਸ, ਉਹਦੀਆਂ ਕਿਤਾਬਾਂ, ਉਹਦਾ ਯੂਨੀਫਾਰਮ ਸਭ ਕੁਝ ਮਿਲੇਗਾ। ਤੁਸੀਂ ਬੱਚੇ ਨੂੰ ਪੜ੍ਹਾਓ। ਬੱਚਾ ਪੜ੍ਹਨ ਵਾਲਾ ਜੀ? ਬੱਚਾ ਪੜ੍ਹਨ ਵਾਲਾ? ਮੇਰਾ ਬੱਚਾ ਲੈ ਕੇ 10ਵੀਂ ਪੜ੍ਹ ਰਿਹਾ ਹੋਣਾ ਚਾਹੀਦਾ। ਭਾਈ ਫਿਰ ਹੁਣ ਬੱਚੇ ਨੂੰ ਪੜ੍ਹਾਓ ਤੁਸੀਂ। ਮੇਰੀ ਇਨਸ਼ਾਅੱਲਾ ਖੁਆਇਸ਼ ਸੀ ਕਿ ਅੱਲਾਹ ਤਾਲਾ ਮੈਨੂੰ ਇੰਨੀ ਕੁ ਜ਼ਿੰਦਗੀ ਦੇ ਦੇਵੇ ਕਿ ਮੈਂ ਆਪਣੇ ਬੱਚਿਆਂ ਵਾਸਤੇ ਘਰ ਬਣਾ ਦਿਆਂ, ਉਹਨਾਂ ਨੂੰ ਮੇਰੀ ਛਾਈ ਜਗ੍ਹਾ ਜਿਹੜੀ ਜਿੱਥੇ ਮੈਂ ਰਹਿਣਾ ਕਿਰਾਏ ਤੇ ਆ। ਲਿਆ ਜ਼ਫਰ ਭਾਈ, ਰਾਸ਼ਨ ਲੈ ਕੇ ਆਓ। ਇਹ ਦੇਖੋ, ਬੱਚਿਆਂ ਨੂੰ ਜਗ੍ਹਾ ਬਣਾ ਕੇ ਦੇ ਦਿਆਂ। ਇਹ ਰਾਸ਼ਨ ਆ ਗਿਆ ਜੀ, ਇਹ ਥੈਲੇ ਦੇ ਪੈਸੇ। ਹਾਂਜੀ, ਠੀਕ ਹੈ। ਇਹ ਗਿਨੋ, ਇਹ ਗਿਨੋ ਕਿਵੇਂ ਹੈ? ਰੇੜੀ ਲੈਣੀ ਆ, ਬਸ ਬਮਾ ਸਮਾਨ ਜਿਹੜਾ ਵੀ ਤੁਸੀਂ ਸਮਾਨ ਕਹੋਗੇ ਉਹ ਤੁਹਾਨੂੰ ਦੇ ਦਿੱਤਾ ਜਾਏਗਾ ਅੱਲਾਹ ਪਾਕ ਦੀ ਤਰਫੋਂ। ਇਹ ਫੈਸਲਾ ਤੁਸੀਂ ਕਰਨਾ ਵਾ, ਜਿੰਨੀ ਜਲਦੀ ਤੁਸੀਂ ਇਹ ਫੈਸਲਾ ਕਰ ਲੋਗੇ ਉਨੀ ਜਲਦੀ ਤੁਹਾਨੂੰ ਇਹ ਛੋਟਾ ਕਾਰੋਬਾਰ ਮਿਲ ਜਾਏਗਾ ਜੀ। ਮੇਰਾ ਅਲਹਮਦੁਲਿਲਾ ਇਹ ਖੁਆਇਸ਼ ਹੈ ਕਿ ਮੈਨੂੰ ਅਗਰ ਜੇ ਮੇਰਾ ਫਰੂਟ ਦਾ ਕੰਮ ਚੱਲ ਜਾਏ, ਕੋਈ ਮਤਲਬ ਕਿ ਸਬਜ਼ੀ ਉੱਥੇ ਲਾ ਲਾ ਉਹ ਚੱਲ ਜਾਏ ਉਹ ਠੀਕ, ਅਗਰ ਉਹ ਨਹੀਂ ਚੱਲਦਾ ਮੈਂ ਕੋਈ ਛੋਟੀ ਮੋਟੀ ਦੁਕਾਨ ਮਹੱਲੇ ਬਣਾ ਕੇ ਬਹਿ ਬੱਚਿਆਂ ਵਾਸਤੇ ਕੋਈ ਛੋਟਾ। ਇਹ ਭਾਈ ਤੁਹਾਡੀ ਖੁਆਇਸ਼ ਦੇ ਹਿਸਾਬ ਨਾਲ ਹੋਏਗਾ, ਜੋ ਤੁਸੀਂ ਖੁਆਇਸ਼ ਕਰੋਗੇ ਨਾ ਉਹਦੇ ਵਿੱਚ ਤੁਹਾਡੀ ਸਪੋਰਟ ਹੋ ਜਾਏਗੀ। ਠੀਕ ਹੈ, ਠੀਕ ਹੈ। ਹਾਂਜੀ, ਹੁਣ ਅੱਲਾਹ ਦਾ ਨਾਂ ਲੈ ਕੇ ਅੱਲਾਹ ਦਾ ਸ਼ੁਕਰ ਕਰਕੇ ਅਲਹਮਦੁਲਿਲਾ। ਹਾਂਜੀ।